ਮੈਂ ਆਪਣੇ ਘਰ ਨੂੰ ਜਾਵਾਂ ਕਹਿੰਦਾ ਇੰਨੀ ਗੱਲ ਕਰਕੇ ਮੈਂ ਸੇਹਨਚ ਆਇਆ ਉਹਨੇ ਮੇਰੀਆਂ ਅੱਖਾਂ 'ਚ ਮਿਰਚਾ ਪਾ ਦਿੱਤੀਆ ਮਿਰਚਾ ਤੋਂ ਬਾਅਦ ਮੇਰੇ ਮਿੱਟੀ ਦਾ ਤੇਲ ਪਾ ਦਿੱਤਾ ਜਿਹਨੂੰ ਕਹਿੰਦਾ ਮੈਂ ਤੜਪਦਾ ਕਰ ਲਾਂਦਾ ਦਰਵਾਜ਼ੇ ਕੋਲ ਆਇਆ ਤੇ ਦਰਵਾਜ਼ਾ 12 ਵਜੇ ਮੇਰੇ ਮੀਆਂ ਦਾ 6 ਫੁੱਟ ਘਾਤ ਤੇ 6 ਫੁੱਟ ਉੱਚੀ ਅੱਗ ਗਈ ਉਹਨੂੰ ਕਿਸੇ ਨੇ ਨਹੀਂ ਬਚਾਇਆ ਨਾਲ ਵਾਲੇ ہمسਾਇਏ ਸੀ ਉਧਰ ਇਹ ਕਹਿੰਦਾ ਇੱਕ ਪਰਦਾ ਮੈਨੂੰ ਨਜ਼ਰ ਆਇਆ ਮੈਂ ਫਟਾਫਟ ਮੈਂ ਆਕੇ ਮੈਂ ਆਪਣੀ ਅੱਗ ਬੁਝਾਵਾਂ ਉਸ ਬੰਦੇ ਨੇ ਉਹਨੂੰ ਧੱਕਾ ਦਿੱਤਾ ਉਹ ਫੁੱਟ ਬਾਲ ਤੱਕ ਰੇੜਦਾ ਗਿਆ ਪੂਰੀ ਗਲੀ ਬਾਜ਼ਾਰ ਦੇ ਵਿੱਚ

बसमिल जी मैं हु पाशमी और बड़ा अफसोसनाक वाक़ फ़ैसला बाद में पेश आया थाना पीपल कलोनी के इलाके में एक बुज़ुर्ग को जो है एक औरत ने जो मिट्टी का तेल गिराकर आग लगा दी उसके पीछे क्या वाक़ था केस दर्ज हो चुका है एफ भी आपके सामने है तो उनकी फैमिली मेरे साथ मौजूद है वो छब्बीस तरीक का ये वाक़ है और उससे उसके कुछ रोज़ बाद जो है वो ज़ख़म इतने ज़्यादा थे कि वो जो बुज़ुर्ग इंसान थे वो उसकी जो ताब ना लाते हुए दुनिया फ़ानी से रुखसत हो गई तो उनकी फैमिली मेरे साथ मौजूद है उनसे बात करते हैं कि ये वाक़ क्या था आखिर उस दिन ऐसा क्या हुआ था और तमाम हकाक के बारे में जानने की कोशिश करते हैं अल्लाम माजी माजी की होया उस दिन कोई वाक़ की सी कि कम कर ਮੇਡਾ ਨੂੰ 20 ਸਾਲ ਹੋ ਗਏ ਸਾਕਲ ਤੇ ਕਪੜਾ ਵੇਚਦਾ ਜਿਸ ਤਰ੍ਹਾਂ ਰੂਟੀਨ ਅੱਗੇ ਜਾਂਦਾ ਇਸ ਤਰ੍ਹਾਂ ਹੀ ਗਿਆ 9:30 ਵਜੇ ਕਰੋ ਗਿਆ ਰੋਜ਼ੇ ਦੀ ਹਾਲਤ ਚ ਗਿਆ ਕਪੜਾ ਦੀ ਵੇਚਿਆ 11:30 ਵਜੇ ਇੱਕ ਗਲੀ ਦੇ ਵਿੱਚ ਉਸ ਗਲੀ ਚ ਗਿਆ ਜਿਹੜੇ ਜੇ ਆਪਸਾ ਹੋਇਆ ਉਹ ਉਹਨੇ ਮੈਨੂੰ ਖੁੱਲਾ ਕਪੜਾ ਮੰਗਿਆ ਉਹਨੇ ਕਿ ਮੈਂ ਪੂਰਾ ਸੈੱਟ ਬਣਾਣਾ ਉਹਨੇ ਦੇਰੀ ਤਾਂ ਦੇਤਾ ਜਿਸ ਵੇਲੇ ਕਹਿੰਦੀ ਕਿ ਭਾ ਮੇਰੇ ਨਾਲ ਅੰਦਰ ਚੱਲ ਦੇ ਲਿਕੇ ਕਿੰਨੇ ਮੀਟਰ ਲੱਗਦਾ ਫਿਰ ਮੈਂ ਤੇਰੇ ਕੋਲਨੇ ਮੀਟਰ ਲਾ ਲਾਂਗੀ ਕਹਿੰਦਾ ਮੈਂ ਉਹਨੇ ਕਿਹਾ ਕਿ ਬੀਬੀਆਂ ਦਾ ਕੰਮ ਹੈ ਕਹਿੰਦੀ ਭਾ ਕੋਈ ਗੱਲ ਨਹੀਂ ਕਹਿੰਦਾ ਮੈਂ ਅੰਦਰ ਗਿਆ ਝੂਠ ਨਹੀਂ ਬੋਲਣਾ ਅੰਦਰ ਮੈਂ ਗਿਆ ਤੇ ਇੱਕ ਵਾਸੀ ਸਿਰਫ ਅਮੈਸ਼ ਕੀਤੀ ਤੇ ਮੈਨੂੰ ਕਹਿੰਦੀ ਜਿੰਨੇ ਤੇਰੇ ਕੋ ਪੈਸੇ ਆ ਜਿਹੜਾ ਤੇਰਾ ਮਾਲ ਆ ਬਾਹਰ ਉਹ ਸਾਰਾ ਮੈਨੂੰ ਦੇ ਦੇ ਇਹਦੇ ਚ ਤੇਰੀ ਬੇਤਰੀ ਹੈ ਉਹਨੇ ਕਿਹਾ ਇਹਦੀ ਬੇਤਰੀ ਵਾਲੀ ਕਿਹੜੀ ਗੱਲ ਤੂੰ ਜਿੰਨਾ ਕਪੜਾ ਲਾਣਾ ਉਹਦੇ ਪੈਸੇ ਦੇ ਮੈਂ ਆਪਣੇ ਘਰ ਨੂੰ ਜਾਵਾਂ ਕਹਿੰਦਾ ਇੰਨੀ ਗੱਲ ਕਰਕੇ ਮੈਂ ਸੇਹਨ ਚ ਆਇਆ ਉਹਨੇ ਮੇਰੀਆਂ ਅੱਖਾਂ 'ਚ ਮਿਰਚਾ ਪਾ ਦਿੱਤੀਆਂ ਮਿਰਚਾ ਤੋਂ ਬਾਅਦ ਮੇਰੇ ਮਿੱਟੀ ਦਾ ਤੇਲ ਪਾ ਦਿੱਤਾ ਜਦੋਂ ਕਹਿੰਦਾ ਮੈਂ ਤੜਪਦਾ ਕਰ ਲੰਦਾ ਦਰਵਾਜ਼ੇ ਕੋ ਆਇਆ ਤੇ ਦਰਵਾਜ਼ਾ 12 ਵਜੇ ਆ ਇਹ ਨਹੀਂ ਹੁਣ ਪਤਾ ਕਿੰਨੇ ਮਾਰਿਆ ਜਾਂ ਉਹਨਾਂ ਦਾ ਕੀ ਹਿਸਾਬ ਹੈ ਇਸ ਚੀਜ਼ ਦਾ ਜਿਹੜਾ ਝੂਠ ਵਾਲਾ ਕੰਮ ਉਹ ਮੈਂ ਨਹੀਂ ਕਹਿੰਦਾ ਮੈਂ ਅੱਲਾ ਦਾ ਘਰ ਦੇਖਿਆ ਨਾ ਮੇਰੇ ਮੀਏ ਨੇ ਕੀਤਾ ਜੇ ਇਸ ਵੇਲੇ ਉਹ ਕਹਿੰਦਾ ਮੈਂ ਦਰਵਾਜ਼ਾ ਬਜਾਇਆ ਕਿਸੇ ਨੇ ਖੋਲਿਆ ਜਾਂ ਮੇਰੀ ਲੱਤ ਨਾ ਖੁੱਲ ਗਿਆ ਮੈਨੂੰ ਨਹੀਂ ਪਤਾ ਜਦੋਂ ਬਾਹਰ ਆਇਆ ਸਾਈਕਲ ਨੂੰ ਹੱਥ ਪਾਇਆ ਆਪਣੀਆਂ ਅੱਕਾ ਨਾ ਤੁਸੀਂ ਵੀਡੀਓ ਦੇ ਸਕਦੇ ਉਸ ਗਲੀ 'ਚ ਕੈਮਰੇ ਲੱਗੇ ਉਹਨੇ ਉਹਦੀਆਂ ਉਂਗਲੀਆਂ ਆਜੇ ਲੱਗੀਆਂ ਤੇ ਉਹਨੇ ਮਾਚਸ ਦੀ ਤੀਲ ਬਾਜ਼ਾਰ ਚਲਦੇ ਬਾਜ਼ਾਰ ਦੇ ਵਿੱਚ ਮਾਸ ਜੀ ਲਾਈ ਮੇਰੇ ਮੀਆਂ ਦਾ 6 ਫੁੱਟ ਘਾਤੇ ਤੇ 6 ਫੁੱਟ ਉੱਚੀ ਅੱਗ ਗਈ ਉਹਨੂੰ ਕਿਸੇ ਨੇ ਨਹੀਂ ਬਚਾਇਆ ਨਾਲ ਵਾਲੇ ہمسਾਇਏ ਸੀ ਉਧਰ ਇਹ ਕਹਿੰਦਾ ਇੱਕ ਪਰਦਾ ਮੈਨੂੰ ਨਜ਼ਰ ਆਇਆ ਮੈਂ ਫਟਾਫਟ ਮੈਂ ਆ ਗਿਆ ਮੈਂ ਆਪਣੀ ਅੱਗ ਬੁਝਾਵਾਂ ਉਸ ਬੰਦੇ ਨੇ ਉਹਨੂੰ ਧੱਕਾ ਦਿੱਤਾ ਉਹ ਫੁੱਟਬਾਲ ਤਾਂ ਕਰੇ ਡਾ ਗਿਆ ਉਹਦੇ ਤੋਂ ਬਾਅਦ ਵੀ ਉਸ ਬੰਦੇ ਨੇ ਵੀ ਉਹਦੀ ਕੋਈ ਮਦਦ ਨਹੀਂ ਕੀਤੀ ਫਿਰ ਉਹ ਬਲੀਬਾਬ ਕਰਦਾ ਤੜਫਦਾ ਨਜ਼ਰਾਂ ਦਾ ਦੇਖ ਲਵੋ ਫਿਰ ਉਹਨਾਂ ਦੇ ਨਾਲ ਵਾਲੇ ਹਮਸਾਏ ਉਹਨਾਂ ਨੇ ਉੱਤੇ ਜੱਗ ਪਾਣੀ ਦਾ ਪਾਇਆ ਇੱਕ ਹੋਰ ਪਾਇਆ ਫਿਰ ਪਾਇਆ ਉਹਦੀ ਅੱਗ ਬੁਝ ਗਈ ਤੇ ਪੂਰੀ ਗਲੀ ਬਾਜ਼ਾਰ ਦੇ ਵਿੱਚ ਸਾਰੀ ਦੁਨੀਆ ਕਿਸੇ ਨੇ ਉਹਦੀ ਮਦਦ ਨਹੀਂ ਕੀਤੀ ਮਾਸਬਤ ਮਿਨੂਨ ਸਾਜ ਜਾ ਜਾ ਮੇਰੇ ਕੋ بار بار ਮੇਰੇ ਜ਼ਖਮ ਤਾਜ਼ੇ ਹੁੰਦੇ ਆ ਕਿੰਨੀ ਦੇਰ ਜ਼ਖਮੀ ਕਿੰਨੀ ਦੇਰ ਰਹੇ ਔਰ ਆਖਰੀ ਕੋਈ ਬਾਤ ਚੀਤ ਆਪਸੇ ਕਿਆ ਕੀਤੀ ਮੇਰੇ ਨਾਲ ਆਖਰੀ ਬਾਤ ਆਖਰੀ ਟਾਈਮ ਤੱਕ ਕਰਦੇ ਰਹੇ ਆ ਉਥੋਂ ਸਾਈਕਲ ਚਲਾ ਕੇ ਵੀ ਘਾ ਰਹੇ ਆ ਜਿਨੋ ਦੇ ਭੈਣ ਭਾਈ ਹਕਮຊਾਇਆ ਨਹੀਂ ਦੇਖੇ ਅਸੀਂ ਲੜਚ ਚਲੇ ਗਏ ਯਾਰਾ ਭਾਈ ਆਈ ਸਾਡੇ ਘਰ ਪੁਲਿਸ ਵਾਲੇ ਵੀ ਆਏ ਉਦੋਂ ਦੇ ਬਿਆਨ ਦਿੰਦੇ ਬਸ ਸਾਰਿਆਂ ਨੂੰ ਸਾਡਾ ਬਿਆਨ ਇੱਕੋ ਹੀ ਆ ਠੀਕ ਬਾਕੀ ਗੱਲ ਇਹ ਹੈ ਕਿ ਬਹੁਤ ਮੈਨੂੰ ਇਨਸਾਫ ਚਾਹੀਦਾ ਮੇਰੇ ਮੀਆਂ ਦਾ ਇਨਸਾਫ ਚਾਹੀਦਾ ਪੀਰ ਵਾਲੇ ਦਿਨ 21ਵੀਂ ਰਾਤ ਸਾਢੇ 10 ਵੇ ਉਹ ਦੁਨੀਆ ਤੋਂ ਚਲੇ ਗਏ ਜਿਸ ਦਿਨ 21 21 ਰਾਤ ਤੇ ਮੰਗਲ ਵਾਲੇ ਦਿਨ ਉਹਨਾਂ ਨੂੰ ਦੁਬਾਰਾ ਦਿੱਤਾ ਤੇ ਮੇਰੇ ਘਰ ਦੇ ਵਿੱਚ ਉਹਦੇ ਤੋਂ ਇਲਾਵਾ ਕੋਈ ਮੇਰਾ ਕੋਈ ਆਮਦਨੀ ਦਾ ਜ਼ਰੀਆ ਨਹੀਂ ਮੇਰਾ ਮੀਆਂ ਹੀ ਸੀ 37 ਸਾਲ ਮੇਰੀ ਸ਼ਾਦੀ ਰਹੀ ਸਾਡਾ ਆਪਸ ਵਿੱਚ ਵੀ ਕੋਈ ਲੜਾਈ ਝਗੜਾ ਨਹੀਂ ਸੱਤ ਭਾਈ ਸੱਤਾ ਭਾਈਆਂ ਨਾਲ ਲੜਾਈ ਝਗੜਾ ਕੋਈ ਨਹੀਂ ਗਲੀ ਮੱਲੇ ਨਾਲ ਲੜਾਈ ਝਗੜਾ ਕੋਈ ਨਹੀਂ ਤੁਹਾਨੂੰ ਇੱਕ ਬਿਆਨ ਉਹਦੇ ਖਿਲਾਫ ਕੋਈ ਦੇ ਦੇ ਮੈਂ ਉਸ ਬੁੱਢੀ ਨੂੰ ਮaaf ਕਰ ਦੂੰ ਬਸ ਜੇ ਨਾ ਦੇਵੇ ਮੈਨੂੰ ਇਨਸਾਫ ਮਿਲ ਨਹੀਂ ਚਾਹੀਦੀ ਫਿਰ ਮੇਰੀ ਤੜਪ ਜੜੀ ਆ ਉਹ ਡੋੜੀ ਡੰਡੀ ਹੋ ਜਾਏਗੀ ਮੈਂ ਕਹਾਂਗੀ ਮੇਰੇ ਮੀਆਂ ਦੇ ਦੁਨੀਆ ਜਾਣਾ ਤੇ ਹੈ ਜੀ ਚਲੋ ਮੈਂ ਹੋਰ ਕੁਝ ਨਹੀਂ ਕਰ ਸਕੀ ਉਹਨੂੰ ਇਨਸਾਫ ਤੇ ਦਵਾ ਸਕਦੀ ਹੈ ਨਾ ਉਹ ਰੋਂਦਾ ਰਿਹਾ ਬਿਲਤ ਕਿਦਾ ਰਿਹਾ ਮੈਂ ਉਹਨੂੰ ਪੁੱਛਣਾ ਚੋਰੀ ਤੂੰ ਇੰਨਾ ਕਿਉਂ ਰੋਣਾ ਕਿ ਤੇ ਮੈਨੂੰ ਸਬਰ ਦੇਣਾ ਮੈਂ ਰੋਂਦਾ ਨਹੀਂਗਾ ਜਿਹੜੀ ਤੇ ਦਵਾਈ ਲੱਗੀ ਉਹ ਵਗਦੀ ਆ ਉਹ ਰੋਂਦਾ ਸੀ ਮੈਂ 67 ਸਾਲ ਦੀ ਮੇਰੀ ਉਮਰ ਤਿੰਨ ਮੇਰੇ ਦਿਮਾਗ ਬੇਟੀਆਂ ਨਵਾਜ਼ੀਆਂ ਉਹ ਕੀ ਸੋਚਣਗੇ ਕਿ ਇਹਨੇ ਕੁਛ ਤੇ ਕੀਤਾ ਹੀ ਹੋਏਗਾ ਨਾ ਜਿਹੜੀ ਏਡੀ ਵੱਡੀ ਸਜ਼ਾ ਮਿਲੀ ਤੇ ਮੇਰਾ ਅੱਲਾ ਮੇਰਾ ਫੈਸਲਾ ਕਰੇਗਾ ਇਸ ਕਰਕੇ ਲਾ ਨੇ ਜੇ ਕਰ ਦਿੱਤਾ ਉਹਨਾਂ ਨੇ ਤਾਰਾ ਕਰ ਦਿੱਤਾ ਕਿ ਉਹ ਲੱਗੀ ਸੀ ਉਹਦੇ ਕੈਮਰਾ ਲੱਗਾ ਸੀ ਬਾਕੀ ਹੁਣ ਜਿਹੜੇ ਦੁਨੀਆ ਵਾਲੇ ਉਹਨਾਂ ਕੋਲੋਂ ਮੈਨੂੰ ਇਹ ਸਾਬ ਚਾਹੀਦਾ ਬਾਕੀ ਪੁਲਿਸ ਦਾ ਕੀ ਕਹਿਣਾ ਹੈ ਪੁਲਿਸ ਦੀ ਕੀ ਪੇਸ਼ਰਫਤ ਹੈ ਕੋਈ ਨਤਾਈ ਸਾਲੇ ਹੁਣ ਤੇ ਸਾਡੇ ਨਾਲ ਤਾਮਨ ਕਰ ਰਿਹਾ ਲੇਕਿਨ ਜਿੰਨੇ ਦਿਨ ਮੇਰਾ ਮੀਆਂ ਹਸਪਤਾ ਰਿਹਾ ਸਾਨੂੰ ਇਸ ਤਰ੍ਹਾਂ ਦੇਖਦੇ ਸੀ ਕਿ ਅਸੀਂ ਬੜਾ ਵੱਡਾ ਜੁਰਮ ਕੀਤਾ ਦੋ ਬੰਦੇ ਉਹਨਾਂ ਨੇ ਬਿਠਾਏ ਸੀ ਮੇਰੇ ਮੀਆਂ ਵਾਸਤੇ ਕਿ ਇਹਨੂੰ ਲੈ ਕੇ ਨਾ ਕਿਤੇ ਚਲੇ ਜਾਣ ਇੰਨੀ ਖਤਰਨਾਕ ਔਰ ਸਾਨੂੰ ਲੋਕ ਖਤਰਨਾਕ ਦੇ ਅੱਖਾਂ 'ਚ ਮੇਰੇ ਮੀਆਂ ਦੇ ਤਾਂ ਹੀ ਰੋਂਦਾ ਲੇਕਿਨ ਹੁਣ ਸਾਡੇ ਨਾਲ ਤਾਵਨ ਹੋ ਰਿਹਾ ਤਾਵਨ ਤੇ ਮੈਂ ਫੇਰ ਹੀ ਸਮਝਾਂਗੀ ਨਾ ਪੁੱਤ ਜਿੱਦਨ ਮੈਨੂੰ ਇਨਸਾਫ ਮਿਲੇਗਾ ਲੇਕਿਨ ਉਹ ਖਿਆਲ ਕਰਦੇ ਪਏ ਸਾਡਾ ਬਾਰ ਬਾਰ ਸਾਰੇ ਪਏ ਆਪ ਆਪ ਆਪਣੇ ਵਾਲਿਦ ਕੇ ਬਾਰੇ ਮੈਂ ਕੀ ਕਹਤੀ ਹਾਂ ਕਿਵੇਂ ਇਨਸਾਨ ਥੇ ਔਰ ਕਿੰਨੇ ਸਾਲਾਂ ਸੇ ਕੰਮ ਕਰ ਰਹੇ ਥੇ ਕਦੀ ਐਸਾ ਵਾਕਿਆ ਕੋਈ ਪੇਸ਼ ਨਹੀਂ ਆਇਆ ਇਸ ਹਵਾਲੇ ਸੇ मेरे अबू बहुत अच्छे इंसान थे हम हमारे साथ बहुत प्यार से पेश आते थे, थे बीस साल हो गए थे उसे कपड़ा बेचते कभी ऐसा कोई मसला नहीं हुआ ना कभी ऐसी पहले कभी कोई बात हुई है बस पता नहीं हमारे हमारे मुकद्दर हमारे नसीब में क्या लिखा हुआ था हमें इतना अफसोसनाक और इतना ख़तरनाक वाक़ हमें देखना पड़ा उस औरत ने बहुत बेदर्दी के साथ मेरे अबू के साथ ये तमाम वाक्य पेश किया सिर्फ़ पैसों की खातर बस चालीस पचास हज़ार के कपड़े की खातर उसने मेरे अब्बू की ज़िंदगी ख़राब कर दी हमारी सारी फैमिली एक माचिस की तीली के साथ जल के खाक हो गई है जल के राख रह गई हमें सिर्फ इंसाफ चाहिए उस औरत को ऐसी सजा मिलनी चाहिए कि वो खुद पछताए कि मैंने ये क्या किया उसके भी बच्चे ऐसे तड़पने चाहिए जैसे हम तड़प रहे हैं हम तीन बहनें और एक भाई है हमारे अबू बहुत अच्छे थे हमारे साथ बहुत प्यार करते थे बहुत प्यार कर फील थे हाँ जी मेरे अबू अकेले कमाने वाले थे और साइकिल पे कपड़ा अबू मेरे रोजे की हालत में साइकिल में कपड़ा बेचते थे इसके अलावा हमारा कोई आसरा नहीं मेरी अम्मी का कोई नहीं है कमाने वाला मेरे अबू ही थे बस कमाने वाले बिल्कुल जी नाजरीन आपने सुना वाहिद कफील घर के और ईद से चंद रोज पहले जब एक बाप अपने बच्चों के लिए जो है ईद की खुशियाँ खरीदने में मसरूफ होता है और उन्हीं चंद रोजों में जो है एक माचिस की तीली एक खानदान उजाड़ गई इसी के साथ मुझे दें इजाज़त अल्लाह ने के बाद